ਤੋ ਦੋ ਚਾਰ ਲੈਣਾ ਰੱਬ ਦੇ ਨਾਂ ਦੀਆਂ ਲੈ ਕੇ ਹਾਜ਼ਰ ਨੇ ਵੀ ਸਤਵੰਤ ਸਾਜਨ ਜੀ। ਜੀ ਸਭ ਤੋਂ ਪਹਿਲਾਂ ਆਪਣੇ ਸਤਿਗੁਰੂ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਤਵੰਤੇ ਸੱਜਣ ਬੈਠੇ ਨੇ, ਸਾਡੇ ਬਾਬੇ ਬੈਠੇ ਨੇ, ਬਾਬਿਆਂ ਦੀ ਰਹਿਮਤ ਬਿਨਾਂ ਕੁਝ ਹੁੰਦਾ ਨਹੀਂ ਆ, ਨਾ ਹੋਇਆ ਨਾ ਹੋ ਸਕਦਾ। ਸਾਡੇ ਓਮ ਪ੍ਰਕਾਸ਼ ਮਜੀਠਾ ਰੋਡ ਦੀ ਆਨੋ ਸ਼ਾਨ, ਸਾਡੇ ਬਿੱਲਾ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ, ਪੈਰੀ ਪੈ ਜੀ ਬੁੱਬਾ ਜੀ ਹੋਰ ਸੁਣਾਓ, ਸਾਡੇ ਵੱਡੇ ਵੀਰ ਸਰਬਜੀਤ ਬੁੱਗਾ ਜੀ ਜਿਨ੍ਹਾਂ ਦੇ ਹੁਕਮ ਸਦਕਾ ਅੱਜ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਇਹਨਾਂ ਦੇ ਨਾਂ ਤੇ ਇੱਕ ਜ਼ੋਰਦਾਰ ਤਾੜੀ ਮਾਰ ਦਿਓ। ਔਰ ਇੱਕ ਤਾੜੀ ਸਾਡੇ ਸੰਤ ਮਹਾਤਮਾ ਸਾਹਮਣੇ ਬੈਠੇ ਨੇ, ਕਿਉਂਕਿ ਬੜੇ ਪ੍ਰੋਗਰਾਮ ਕਰਦੇ ਆ, ਬੜੇ ਮੇਲੇ ਵੇਖਦੇ ਹਾਂ, ਸੰਤ ਮਲਕੀਤ ਨਾਥ ਜੀ ਨਾਂ ਤੇ ਇੱਕ ਜ਼ੋਰਦਾਰ ਤਾੜੀ ਮਾਰ ਦਿਓ, ਕਿਉਂਕਿ ਜਦੋਂ ਸਾਹਮਣੇ ਸੰਤ ਮਹਾਤਮਾ ਬੈਠੇ ਉਹਨੂੰ ਸਾਡੇ ਰੱਬ ਬੈਠੇ ਨੇ, ਸਾਡੇ ਰੱਬ ਰੂਹ ਬੈਠੇ ਨੇ, ਇਹਨਾਂ ਸਾਹਮਣੇ ਗਾਉਣਾ ਬੜਾ ਔਖਾ ਹੈ। ਨਿਗੁਣੀ ਜੀ ਕੋਸ਼ਿਸ਼ ਕਰਾਂਗੇ। ਲਓ ਮਿੱਤਰੋ, ਗੱਲਾਂ ਘੱਟਦੇ ਕੰਮ ਜ਼ਿਆਦਾ, ਕਿਉਂਕਿ ਧਾਰਮਿਕ ਗੀਤ ਬਸ ਇੱਦਾਂ ਹੀ ਠੀਕ ਹੈ, ਕੋਈ ਗੱਲ ਨਹੀਂ, ਵਾਹਿਗੁਰੂ ਜੀ ਦਾ ਨਾਂ ਅਸੀਂ ਲੈ ਲਿਆ ਦੋ ਮਿੰਟ ਬਸ। ਗਾਉਣ ਦਾ ਕੰਮ ਹੈ ਬੜਾ ਵਧੀਆ ਜੇ ਛੋਟਾ ਜਿਹਾ ਪਲੇਟਫਾਰਮ ਮਿਲ ਜਾਵੇ ਤੇ ਜੇ ਪਲੇਟਫਾਰਮ ਨਹੀਂ ਮਿਲਦਾ ਫਿਰ ਧੱਕੇ ਤੋੜੇ ਹੀ ਚੱਲਦੇ ਰਹਿੰਦੇ। ਬਿਲਕੁਲ ਘਰੇਲੀ ਗੱਲਬਾਤ ਕਰਨ ਲੱਗਿਆ ਤੁਹਾਡੀ ਸੇਵਾ 'ਚ, ਮੇਰਾ ਨਾਂ ਹੈ ਵੀਰ ਸਤਵੰਤ ਸਾਜਨ, ਔਰ ਮੇਰੇ ਸਾਥੀ ਕਲਾਕਾਰ ਬੀਬਾ ਸ਼ੈਲੀ ਸਾਜਨ। ਯੂਟਿਊਬ ਦੇ ਉੱਤੇ ਤੁਸੀਂ ਜਦੋਂ ਵੀ ਲਿਖੋਗੇ ਵੀਰ ਸਤਵੰਤ ਸਾਜਨ, ਸਾਰੀ ਗੀਤਾਂ ਦੀ ਲਿਸਟ ਸਾਹਮਣੇ ਆਜੂ। ਲਓ ਸਾਡੇ ਛੋਟੇ ਵੀਰ ਰਵੀ ਮਾਨ ਜੀ ਪਹੁੰਚ ਚੁੱਕੇ ਨੇ ਆਪਣੇ ਸਾਥੀ ਕਲਾਕਾਰ ਸਮੇਤ। ਲਓ ਜੀ, ਮੇਰੇ ਵਰਗਾ ਅੰਦਰ ਜਾਂਦਾ ਬਾਹਰ ਜਾਂਦਾ, ਲੰਡੂ ਜਿਹਾ ਬਣ ਕੇ ਗੀਤ ਗਾਈ ਜਾਂਦਾ, ਚਮਕੀਲੇ ਦੇ ਕਹਿੰਦਾ ਮੈਂ ਵੀ ਚਮਕੀਲਾ ਬੰਨਾ, ਏਦਾਂ ਦੀ ਕੋਈ ਮਿੱਠੀ ਜੀ ਛੇੜ ਛੇੜ ਮੇਰੇ ਸਾਥੀ ਕਲਾਕਾਰ ਬੀਬਾ ਸ਼ੈਲੀ ਸਾਜਨ ਦੀ। ਵਾਜਾ ਲੈਣਾ ਇਹ ਚਬਾਰੇ ਉੱਤੇ ਚਾੜਵੇ, ਵੱਡਾ ਬਣ ਬਣ ਬਹਿਨਾ ਕਲਾਕਾਰ ਵੇ, ਵਾਜਾ ਲੈਣਾ ਇਹ ਚਬਾਰੇ ਉੱਤੇ ਚਾੜਵੇ, ਵੱਡਾ ਬਣ ਬਣ ਬਿਲ ਕਲਾਕਾਰ ਵੇ, ਲੋਕੀ ਵੇਖਣਗੇ ਤੇ ਲੋਕ ਖੜ ਖੜ ਕੇ
ਲੋਕੀ ਵੇਖਣਗੇ ਬਿੱਲੋ ਖੜ ਖੜ ਕੇ ਤੂੰ ਵੀ ਵੱਜਣੀ ਸਿੱਟੇ ਜਾਂ ਤੇ ਚੜ ਕੇ ਲੋਕੀ ਵੇਖਣਗੇ ਬਿੱਲੋ ਖੜ ਖੜ ਕੇ ਤੂੰ ਵੀ ਵੱਜਣੀ ਸਿੱਟੇ ਜਾਂ ਤੇ ਚੜ ਕੇ ਬੱਚੇ ਬੱਚੇ ਦੀ ਜਵਾਨੀ ਨਾ ਹੋ ਜੂਗਾ ਬੱਚੇ ਬੱਚੇ ਦੀ ਜਵਾਨੀ ਨਾ ਹੋ ਜੂਗਾ ਕਹਾਣੀ ਹੋ ਜੂ ਫਿੱਟ ਬੱਲੀਏ ਗਾਣੇ ਮੈਂ ਵੀ ਚਮਕੀਲੇ ਵਾਂਗੂ ਗਾਉਣੇ ਤੇ ਹੋ ਜਾਣਾ ਹੀ ਹਿੱਟ ਬੱਲੀਏ ਗਾਣੇ ਮੈਂ ਵੀ ਚਮਕੀਲੇ ਵਾਂਗੂ ਗਾਉਣੇ ਤੇ ਹੋ ਜਾਣਾ ਹੀ ਹਿੱਟ ਬੱਲੀਏ ਲੋਕੀ ਵੇਖਣਗੇ ਬਿੱਲੋ ਖੜ ਖੜ ਕੇ ਤੂੰ ਵੀ ਵੱਜੂਗੀ ਸੱਟੇ ਜਾਂ ਉੱਤੇ ਚੜ ਕੇ ਲੋਕੀ ਵੇਖਣਗੇ ਬਿੱਲੋ ਖੜ ਖੜ ਕੇ ਤੂੰ ਵੀ ਵੱਜੂਗੀ ਸੱਟੇ ਜਾਂ ਉੱਤੇ ਚੜ ਕੇ ਬੱਚੇ ਬੱਚੇ ਦੀ ਜਵਾਨੀ ਨਾ ਹੋ ਜੂਗਾ ਬੱਚੇ ਬੱਚੇ ਦੀ ਜਵਾਨੀ ਨਾ ਹੋ ਜੂਗਾ ਕਹਾਣੀ ਹੋ ਜੂ ਫਿੱਟ ਬੱਲੀਏ ਗਾਣੇ ਮੈਂ ਵੀ ਚਮਕੀਲੇ ਵਾਂਗੂ ਗਾਉਣੇ ਤੇ ਹੋ ਜਾਣਾ ਹੀ ਹਿੱਟ ਬੱਲੀਏ ਗਾਣੇ ਮੈਂ ਵੀ ਚਮਕੀਲੇ ਵਾਂਗੂ ਗਾਉਣੇ ਤੇ ਹੋ ਜਾਣਾ ਹੀ ਹਿੱਟ ਬੱਲੀਏ ਸਾਡੇ ਬਾਬਾ ਬਿੰਦਾ ਜੀ ਬਹੁਤ ਸਾਰਾ ਮਾਣ ਕਰਕੇ ਗਏ ਨੇ ਮਿਹਰਬਾਨੀ ਸ਼ੁਕਰੀਆ ਧੰਨਵਾਦ ਮਿਹਰਬਾਨੀ ਇਸੇ ਤਰ੍ਹਾਂ ਸਾਰੇ ਵੀਰਾਂ ਨੇ ਸਾਰੇ ਸੰਤਾਂ ਮਹਾਤਮਾਂ ਨੇ ਮਾਣ ਕਰੀ ਜਾਣਾ ਤੁਹਾਡਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਸੌਂਗ ਟੀਵੀ ਚੈਨਲਾਂ ਤੇ ਜਦੋਂ ਚੱਲੇ ਨੀ ਤੇਰਾ ਢੋਲ ਕਰਵਾ ਦੂ ਬੱਲੇ ਬੱਲੇ ਨੀ ਤੇਰਾ ਢੋਲ ਕਰਵਾ ਦੂ ਬੱਲੇ ਬੱਲੇ ਨੀ ਘਰੇ ਬੈਣ ਦਾ ਨਾ ਟਾਈਮ ਫਿਰ ਲੱਗਣਾ ਉਹ ਘਰੇ ਬੈਣ ਦਾ ਨਾ ਟਾਈਮ ਫਿਰ ਲੱਗਣਾ ਕਮਾਈ ਹੋਣੀ ਨੇ ਤੇ ਬੱਲੀਏ ਗਾਣੇ ਮੈਂ ਵੀ ਚਮਕੀਲੇ ਵਾਂਗੂ ਗਾਣੇ ਮੈਂ ਵੀ ਚਮਕੀਲੇ ਵਾਂਗੂ ਗਾਉਣੇ ਤੇ ਹੋ ਜਾਣਾ ਹੀ ਹਿੱਟ ਬੱਲੀਏ ਅਮਰਜੀਤ ਢੋਟੀਆਂ ਇਹ ਪਹਿਲੋਂ ਗਾ ਗਏ ਸੀ ਤੇ ਬਾਬਾ ਜੀ ਬਾਅਦ 'ਚ ਆਏ ਉਹਨਾਂ ਸਪੈਸ਼ਲ ਮਾਣ 500 ਰੁਪਏ ਕੀਤਾ ਤਾਲੀ ਦਾ ਦਿਓ ਜ਼ੋਰ ਨਾਲ ਕਿਉਂਕਿ ਕਲਾਕਾਰ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਅਤੇ ਕਲਾਕਾਰਾਂ ਦਾ ਬਹੁਤ ਕਰਦੇ ਆ ਸਾਡੇ ਬਹੁਤ ਕਲਾਕਾਰਾਂ ਨਾਲ ਪਿਆਰ ਹੈ ਬਾਬੂ ਜੀ ਕਹਿੰਦਾ ਹੁਣ ਮੈਂ ਫਿਰ ਤੁਰ ਕੇ ਆਇਆ ਫਿਰ ਉਹਨਾਂ ਜਿਹਨੂੰ ਫਿਰ ਆ ਜਾਣਗੇ ਇਹ ਸ਼ੇਰਾ ਵੀ ਉਹਨਾਂ ਜਿਹਨੂੰ ਆ ਜਾਂਦਾ ਆਓ ਜੀ
ਸੌਂਗ ਟੀਵੀ ਚੈਨਲ ਤੇ ਜਦੋਂ ਚੱਲੇ ਨਹੀਂ, ਸੌਂਗ ਟੀਵੀ ਚੈਨਲ ਤੇ ਜਦੋਂ ਚੱਲੇ ਨੀ, ਚਲ ਢੋਲ ਕਰਵਾ ਦੂ ਬੱਲੇ ਬੱਲੇ ਨੀ, ਚਲ ਢੋਲ ਕਰਵਾ ਦੂ ਬੱਲੇ ਬੱਲੇ ਨੀ, ਘਰੇ ਬੈਠਣ ਟਾਈਮ ਫਿਰ ਲੱਗਣਾ। ਹਾਂਜੀ ਸਾਡੇ ਛੋਟੇ ਭੈਣ ਜੀ ਰੋਜੀ ਮਾਨ ਜੀ ਬਹੁਤ ਅੱਛੀ ਆਵਾਜ਼ ਜੀ ਮਾਲਕ, ਸਾਡੇ ਲਵੀ ਮਾਨ ਜੀ ਬਹੁਤ ਸਾਰਾ ਮਾਨ ਕਰਦੇ ਨੇ, ਮਿਹਰਬਾਨੀ ਸ਼ੁਕਰੀਆ। ਸੌਂਗ ਟੀਵੀ ਚੈਨਲਾਂ ਤੇ ਜਦੋਂ ਚੱਲੇ ਨੀ, ਚਲ ਢੋਲ ਕਰਵਾ ਦੂ ਬੱਲੇ ਬੱਲੇ ਨੀ, ਚਲ ਢੋਲ ਕਰਵਾ ਦੂ ਬੱਲੇ ਬੱਲੇ ਨੀ, ਘਰੇ ਬੈਣ ਦਾ ਨਾ ਟਾਈਮ ਫਿਰ ਲੱਗਣਾ, ਘਰੇ ਬੈਣ ਦਾ ਨਾ ਟਾਈਮ ਫਿਰ ਲੱਗਣਾ, ਕਮਾਈ ਹੋਣੀ ਨਿੱਤ ਬੱਲੀਏ, ਗਾਣੇ ਮੈਂ ਵੀ ਚਮਕੀਲੇ ਵਾਂਗੂ ਗਾਉਣੇ ਤੇ ਹੋ ਜਾਣਾ ਹੀ ਹਿੱਟ ਬੱਲੀਏ, ਗਾਣੇ ਮੈਂ ਵੀ ਚਮਕੀਲੇ ਵਾਂਗੂ ਗਾਉਣੇ ਤੇ ਹੋ ਜਾਣਾ ਹੀ ਹਿੱਟ ਬੱਲੀਏ। ਲੋੜ ਪੈਣੀ ਹੁੰਦੇ ਵਾਰ ਦਿੰਦਾ ਜਾਣਿਓ ਵਿਖਾਉਂਦਾ ਨੀ ਪਿੱਠ ਬੱਲੀਏ, ਗਾਣੇ ਦਾ ਵੀ ਚਮਕੀਲੇ ਵਾਂਗੂ ਗਾਉਣੇ ਤੇ ਹੋ ਜਾਣਾ ਹੀ ਹਿੱਟ ਬੱਲੀਏ, ਗਾਣੇ ਦਾ ਵੀ ਚਮਕੀਲੇ ਵਾਂਗੂ ਗਾਉਣੇ ਤੇ ਹੋ ਜਾਣਾ ਹੀ ਹਿੱਟ ਬੱਲੀਏ। ਤਾੜੀ ਮਾਰ ਦਿਓ ਜੇ ਚੰਗਾ ਲੱਗਾ ਥੋੜ੍ਹਾ ਜਿਹਾ, ਸਾਡੇ ਗੱਬਰ ਸਾਹਿਬ ਸਾਡੀ ਆਨ ਔਰ ਸ਼ਾਨ, ਅੱਜ ਦੇ ਸਾਡੇ ਬਾਬਾ ਮਲਕੀਤ ਨਾਥ ਜੀ, ਸਤਿ ਸ਼੍ਰੀ ਅਕਾਲ ਬਾਬਾ ਜੀ, ਵੱਡੇ ਪੈਰੀ ਪੈ ਜੀ, ਸੰਤ ਮਹਾਤਮਾ ਬੈਠੇ ਨੇ, ਸੰਤ ਮਹਾਤਮਾ ਦੀ ਰਹਿਮ ਸਦਕਾ ਅੱਜ ਮੇਲਾ ਬੜੇ ਜ਼ੋਰਾਂ ਸ਼ੋਰਾਂ ਹੋ ਰਿਹਾ, ਔਰ ਸਾਰੇ ਸਾਡੇ ਬਾਬਾ ਜੀ ਬਜ਼ੁਰਗ ਬਾਬੇ ਬੈਠੇ ਨੇ, ਇਹਨਾਂ ਦੀ ਮਿਹਰ ਸਦਕਾ ਬੜੇ ਬੜੇ ਕਸ਼ਟ ਜਿਹੜੇ ਨੇ ਬਾਬਾ ਜੀ ਦੀ ਰਹਿਮਤਾਂ ਨਾਲ ਹੱਲ ਹੋ ਜਾਂਦੇ ਨੇ, ਜਦੋਂ ਇਹਨਾਂ ਵੱਡਿਆਂ ਦਾ ਆਸ਼ੀਰਵਾਦ ਮਿਲ ਜਾਵੇ, ਵੱਡਿਆਂ ਦਾ ਸਤਿਕਾਰ ਸਤਿਕਾਰ ਮਿਲ ਜਾਵੇ। ਬਾਬਾ ਜੀ ਮਿਹਰ ਕਰ ਦਿਓ, ਮੇਰਾ ਹੱਥ ਧਰ ਦਿਓ। ਇੱਕ ਬੀਬੀ ਫਰਿਆਦ ਲੈ ਕੇ ਡੇਰਿਆਂ ਦੇ ਉੱਤੇ ਆਉਂਦੀ, ਸੰਤਾਂ ਦੇ ਡੇਰਿਆਂ ਦੇ ਆਉਂਦੀ ਹੈ ਕਿ ਹੇ ਬਾਬਾ ਜੀ ਮੈਨੂੰ ਬੜਾ ਰਾਤ ਨੂੰ ਡਰ ਲੱਗਦਾ, ਸੁਪਨੇ ਆਉਂਦੇ ਆ, ਕਾਰੋਬਾਰ ਸਹੀ ਢੰਗ ਨਾਲ ਨਹੀਂ ਚੱਲਦਾ, ਮੇਰੇ ਘਰ 'ਚ ਬੜੀਆਂ ਪਰੇਸ਼ਾਨੀਆਂ ਚੱਲਦੀਆਂ, ਅਤੇ ਬਾਬਾ ਜੀ ਦੇ ਅੱਗੇ ਫਰਿਆਦ ਕਰਦੀ ਅਤੇ ਬਾਬੇ ਕੋ ਕੀ ਕਹਿੰਦੇ ਨੇ, ਅਤੇ ਮਿੱਠੀ ਜੀ ਛੇੜ ਛੇੜ ਤੁਹਾਡੀ ਸੇਵਾ 'ਚ ਬਿਲਕੁਲ ਪਰਿਵਾਰ ਗੀਤ ਲੈ ਕੇ ਹਾਜ਼ਰ ਹਾਂ। ਮੇਰਾ ਹੱਥ ਕਰ ਦਿਓ, ਮੈਂ ਤੰਗ ਬੜੀ ਖੇਡਣ ਨੂੰ
ਬੰਦ ਕਰ ਦਿਓ, ਬੰਦ ਕਰ ਦਿਓ, ਬੰਦ ਕਰ ਦਿਓ ਪਤੰਦਰੋ, ਮਾੜੀ ਅਸਰ ਰਹਿ ਨਹੀਂ ਦੇਣੀ। ਕਿਉਂ ਬਾਬਾ ਜੀ, ਤੁਹਾਡੇ ਦਰਬਾਰ ਤੇ ਜਿਹੜੀ ਵੀ ਸੰਗਤ ਆਉਂਦੀ ਮਾੜੀ ਰਹਿ ਕਦੇ ਨਹੀਂ ਦਿੱਤੀ ਹਨਾ। ਜੇਕਰ ਸਾਡੇ ਬਾਬਿਆਂ ਜੀ ਦਾ ਬਹੁਤ ਸੱਚਾ ਦਰਬਾਰ ਕੀ, ਜੇਕਰ ਬਾਬਾ ਮਲਕੀਤ ਨਾਥ ਜੀ ਦਾ ਬਹੁਤ ਸੱਚਾ ਦਰਬਾਰ ਕੀ, ਮਾੜੀ ਅਸਰ ਰਹਿ ਨਹੀਂ ਦੇਣੀ, ਚੌਂਕੀ ਤੈਨੂੰ ਭਰਨੀ ਪੈਣੀ। ਠੀਕ ਹੈ ਬੀਬਾ, ਚੌਂਕੀਆਂ ਭਰਨੀਆਂ, ਡੇਰੇ ਦੇ ਉੱਤੇ ਆ ਕੇ ਮੱਥਾ ਟੇਕਣਾ, ਨੱਕ ਗੁੱਡਾ ਰਗੜਨਾ, ਤੇਰੇ ਸਾਰੇ ਕਾਰਜ ਹੱਲ ਹੋਣਗੇ। ਇੱਧਰ ਬਾਬਾ ਜੀ ਸਾਡੇ ਮਲਕੀਤ ਨਾਥ ਜੀ ਬੈਠੇ ਨੇ, ਕਿਉਂ ਬਾਬਾ ਜੀ? ਠੀਕ ਹੈ ਜੀ, ਸਾਡੇ ਗੱਬਰ ਸਾਹਿਬ ਬੈਠੇ ਨੇ। ਮਾੜੀ ਅਸਰ ਰਹਿ ਨਹੀਂ ਦੇਣੀ, ਚੌਂਕੀ ਤੈਨੂੰ ਭਰਨੀ ਪੈਣੀ। ਮਾੜੀ ਅਸਰ ਰਹਿ ਨਹੀਂ ਦੇਣੀ, ਚੌਂਕੀ ਤੈਨੂੰ ਭਰਨੀ ਪੈਣੀ। ਐਵੇਂ ਨਾ ਡਰ ਬੀਬਾ, ਜਿੱਦਾਂ ਤੈਨੂੰ ਆਖਣ ਬਾਬੇ, ਉਦਾਂ ਲੈ ਕਰ ਬੀਬਾ, ਜਿੱਦਾਂ ਤੈਨੂੰ ਆਖਣ ਬਾਬੇ। ਬਾਬਾ ਜੀ ਮਿਹਰ ਕਰ ਦਿਓ, ਮੇਰਾ ਦਾ ਹੱਥ ਧਰ ਦਿਓ, ਬਾਬਾ ਜੀ ਮਿਹਰ ਕਰ ਦਿਓ, ਮੇਰਾ ਦਾ ਹੱਥ ਧਰ ਦਿਓ। ਰਹਿੰਦੀ ਮੈਂ ਸੰਗ ਬੜੀ, ਖੇਡਾਂ ਤੂੰ ਜੀ ਨਹੀਂ ਕਰਦਾ, ਰਹਿੰਦੀ ਹੈ ਸੰਗ ਬੜੀ, ਖੇਡਾਂ ਤੂੰ ਜੀ ਨਹੀਂ ਕਰਦਾ। ਤਾਕਾ ਏ ਸੱਚ ਰੰਗ ਦਾ ਤੇਰੇ ਅਸੀਂ ਗਲ ਵਿੱਚ ਪਾਉਣਾ, ਘੋਲ ਕੇ ਜੰਤਰ ਮੰਤਰ ਬੀਬਾ ਅਸੀਂ ਤੈਨੂੰ ਪਿਆਉਣਾ। ਤਾਕਾ ਏ ਸੱਚ ਰੰਗ ਦਾ ਤੇਰੇ ਅਸੀਂ ਗਲ ਵਿੱਚ ਪਾਉਣਾ, ਘੋਲ ਕੇ ਜੰਤਰ ਮੰਤਰ ਬੀਬਾ ਅਸੀਂ ਤੈਨੂੰ ਪਿਆਉਣਾ। ਮੰਨ ਲੈ ਤੂੰ ਗੱਲ ਅਸਾਂ ਦੀ, ਜਾਵੇਂਗੀ ਤਰ ਬੀਬਾ, ਜਿੱਦਾਂ ਤੈਨੂੰ ਆਖਣ ਬਾਬੇ, ਉਦਾਂ ਲੈ ਕਰ ਬੀਬਾ, ਜਿੱਦਾਂ ਤੈਨੂੰ ਆਖਣ ਬਾਬੇ। ਹੌਲੀ ਹੌਲੀ ਦੱਸਿਆ ਮੈਨੂੰ ਲਾਡੇ ਬੀਤੇ, ਪਰ ਚੋ ਤੇਰੀ ਖਾਲੀ ਚੋਲੀ, ਬੇੜੀ ਮੇਰੀ ਲਾ ਦੋ ਪੱਲੇ, ਦੋਵੇਂ ਹੱਥ ਜੋੜ ਫੜੀ, ਖੇਡਣ ਨੂੰ ਜੀ ਨਹੀਂ ਕਰਦਾ, ਲੱਗਦੀ ਹੈ ਸੰਗ ਫੜੀ, ਖੇਡਣ ਨੂੰ ਜੀ ਨਹੀਂ ਕਰਦਾ। ਸਤਵਾਂ ਜਿਹਾ ਰੱਖੋ ਥੱਪਾ ਬਾਜੀ ਸ਼ਿਵਰੰਜਨੀ। ਹੈਲੋ 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 ਆਪ ਮਾਵਾਂ ਸੁੱਕੀ ਥਾਂ ਤੇ ਪੁੱਤ ਨੂੰ ਪਾਉਂਦੀਆਂ ਨੇ, ਹਰ ਦੁੱਖ ਬੱਚਿਆਂ ਦਾ ਸਹਿਣ ਮਾਵਾਂ, ਤੇ ਮਾਵਾਂ ਰੱਬ ਦਾ ਰੂਪ ਕਹਾਉਂਦੀਆਂ ਨੇ। ਖਬਰਾਂ ਵਿੱਚੋਂ ਬੋਲੀ ਮਾਏ, ਦੁੱਖ ਸੁੱਖ ਧੀ ਨਾਲ ਫੋਲੀ ਮਾਏ, ਆਵਾਂ ਤਾਂ ਮੈਂ ਆਵਾਂ ਕਿਹੜੇ ਚਾਵਾਂ ਨਾਲ, ਮਾਂ ਮੈਂ ਮੁੜ ਨਹੀਂ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ। ਹਾਂਜੀ ਭੈਣਾਂ ਦੇ ਨਾਲ ਭੈਣਾਂ ਬੈਠੀਆਂ ਨੇ, ਵੀਰ ਬੈਠੇ ਨੇ, ਬਜ਼ੁਰਗ ਮਾਤਾਵਾਂ ਬੈਠੀਆਂ ਨੇ, ਜ਼ੋਰਦਾਰ ਤਾੜੀਆਂ ਮਾਰ ਦਿਓ। ਹੈਲੋ ਹੈਲੋ
ਹੈਲੋ ਹੈਲੋ ਹੈਲੋ ਹੈਲੋ ਕਬਰਾਂ ਵਿੱਚੋਂ ਬੋਹਨੀ ਮਾਏ ਦੁੱਖ ਸੁੱਖ ਧੀ ਨਾਲ ਫੋਹਨੀ ਮਾਏ ਕਬਰਾਂ ਵਿੱਚੋਂ ਬੋਲਨੀ ਮਾਏ ਦੁੱਖ ਸੁੱਖ ਧੀ ਨਾਲ ਬੋਲਨੀ ਮਾਏ ਆਵਾਂ ਤਾਂ ਮੈਂ ਆਵਾਂ ਕਿਹੜੇ ਆਵਾਂ ਕਿਹੜੇ ਜਾਵਾਂ ਨਾ ਮਾਂ ਮੈਂ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਮਾਂ ਮੈਂ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਭਾਬੀਆਂ ਨੱਕ ਫੁੱਲ ਵੱਟਦੀਆਂ ਨੇ ਤੇ ਵੀਰੇ ਬੇਬਸ ਲੱਗਦੇ ਨੇ ਬੁੱਢੇ ਬਾਪ ਦੇ ਅਥਰੂ ਮਾਏ ਅੰਦਰੋਂ ਅੰਦਰੀ ਵਗਦੇ ਨੇ ਭਾਬੀਆਂ ਨੱਕ ਫੁੱਲ ਵੱਟਦੀਆਂ ਨੇ ਤੇ ਵੀਰੇ ਬੇਬਸ ਲੱਗਦੇ ਨੇ ਬੁੱਢੇ ਬਾਪ ਦੇ ਅਥਰੂ ਮਾਏ ਅੰਦਰੋਂ ਅੰਦਰੀ ਵਗਦੇ ਨੇ ਉਹੀ ਘਰ ਹੈ ਉਹੀ ਵੇੜਾ ਕਾਦਾ ਮਾਣ ਪਰਾਵਾਂ ਨਾਲ ਮਾਂ ਮੈਂ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਮਾਂ ਮੈਂ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਸਾਡੇ ਵੱਡੇ ਵੀਰ ਗਾਇਕ ਸੁੱਚਾ ਸਿੰਘ ਜੀ ਗਿੱਲ ਚੰਡੋਟੀ ਤੋਂ ਬਹੁਤ ਸਾਰਾ ਮਾਣ ਕਰਦੇ ਨੇ ਧੰਨਵਾਦ ਸ਼ੁਕਰੀਆ ਮਿਹਰਬਾਨੀ ਹੈਲੋ ਸਰਦਾਰ ਸੁੱਚਾ ਸਿੰਘ ਜੀ ਅੱਜ ਤੁਹਾਨੂੰ ਪੈਸੇ ਦੇਣੇ ਪੈਣੇ ਤੁਹਾਡੇ ਪਿੰਡ ਆਏ ਹੈ ਨਾ ਤਾੜੀ ਲਾਓ ਜੀ ਸੁੱਚਾ ਸਿੰਘ ਨੇ ਤੇ ਜ਼ੋਰ ਨਾਲ ਅਤੇ ਮੈਂ ਮਹਾਰਾਜ ਨੂੰ ਬੇਨਤੀ ਕਰਦਾ ਇਸ ਵੀਰ ਦਾ ਸਨਮਾਨਤ ਲੈ ਕੇ ਆ ਜਾਣ ਅਤੇ ਆਪਾਂ ਸਨਮਾਨਿਤ ਕਰ ਦਈਏ ਅਤੇ ਇਸ ਤੋਂ ਬਾਅਦ ਲਵੀ ਮਾਨ ਅਤੇ ਰੋਜੀ ਮਾਨ ਅਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਵੱਡੇ ਵੀਰ ਨੂੰ ਸ਼ੇਰਾ ਬੋਹੜ ਵਾਲੀ ਆ ਅਤੇ ਨੂਰਦੀਪ ਨੂਰ ਉਹ ਤਿਆਰ ਰਹਿਣ ਅਤੇ ਉਸ ਤੋਂ ਬਾਅਦ ਸੁਖਦੀਪ ਬੱਗਾ ਲੁਧਿਆਣੇ ਵਾਲੇ ਅਤੇ ਕਮਲ ਸ਼ੇਰ ਕਮਲ ਸ਼ੇਰਗਿੱਲ ਲੁਧਿਆਣੇ ਤੋਂ ਕਮਲ ਸ਼ੇਰਗਿੱਲ ਸੁਖਦੀਪ ਬੱਗਾ ਜੀ ਉਹ ਵੀ ਤਿਆਰ ਰਹਿਣ ਸ਼ੇਰੇ ਵੀਰ ਤੋਂ ਬਾਅਦ ਉਹਨਾਂ ਦੀ ਵਾਰੀ ਹੈ ਅਤੇ ਉਸ ਤੋਂ ਬਾਅਦ ਉੱਤੋਂ ਇਹਨਾਂ ਤੋਂ ਪਹਿਲਾਂ ਇੱਕ ਕਲਾਕਾਰ ਆ ਰਿਹਾ ਤੁਹਾਡੇ ਸਾਹਮਣੇ ਨਵਾਂ ਹੈ ਨਵਾਂ ਨਹੀਂ ਹੈ ਪਰ ਸੁਣਿਆ ਹੀ ਹੋਣਾ ਐਸ ਵੀ ਗੁੱਗਾ ਉਹ ਗਾਉਣਗੇ ਅਤੇ ਉਸ ਤੋਂ ਬਾਅਦ ਇਹਨਾਂ ਵੀਰਾਂ ਤੋਂ ਬਾਅਦ ਫਿਰ ਮੈਂ ਜਿੰਨਾ ਚਿਰ ਤੁਸੀਂ ਕਹੋਗੇ ਤਾੜੀ ਦਾ ਘਰ ਬੀਬਾ ਮਨਪ੍ਰੀਤ ਜੀ ਤੁਰ ਪਏ ਨੇ ਬਸ ਆ ਨੇੜੇ ਜਾ ਗਿਆ ਅਤੇ ਫਿਰ ਆਪਾਂ ਤੁਹਾਡਾ ਲਾ ਕੀ ਕਹਿੰਦੇ ਹੁੰਦੇ ਮੈਂ ਸਿਵਲ 'ਚ ਹੀ ਗਾਊਂਗਾ ਕੰਮ ਵਾਲੇ ਕੋਲ ਮਹਾਰਾਜ ਮਲਕੀਨਾ ਸੀ ਇਹਨਾਂ ਨੂੰ ਸਨਮਾਨਿਤ ਕਰਨੇ ਹਾਊਸ ਸਨਮਾਨਿਤ ਸਤਵੰਤ ਸਾਜਨ ਜੀ ਨੂੰ ਉੱਤਾਂ ਨਾਲੋਂ ਵੱਧ ਕੇ ਮਾਂ ਤੂੰ ਮੈਨੂੰ ਲਾਡ ਲਡਾਏ ਸੀ
ਮਿਸ਼ਰੀ ਘੋਲ ਘੋਲ ਕੇ ਮੈਨੂੰ ਕੱਚੇ ਦੁੱਧ ਪਿਲਾਏ ਸੀ ਹਾਏ ਪੁੱਤਰਾਂ ਨਾਲੋਂ ਵੱਧ ਕੇ ਮਾਂ ਤੂੰ ਮੈਨੂੰ ਲਾਡ ਲਡਾਏ ਸੀ ਮਿਸ਼ਰੀ ਘੋਲ ਘੋਲ ਕੇ ਮੈਨੂੰ ਕੱਚੇ ਦੁੱਧ ਪਿਲਾਏ ਸੀ ਪੇਕੇ ਕਰ ਸੀ ਚੰਗਾ ਲੱਗਦਾ ਪੇਕੇ ਕਰ ਸੀ ਚੰਗਾ ਲੱਗਦਾ ਤੇਰੀਆਂ ਮੱਝੀਆਂ ਗਾਵਾਂ ਨਾਲ ਮਾਂ ਮੈਂ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਮਾਂ ਮੈਂ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਮੈਂ ਬਹੁਤ ਸੁਖੀ ਹਾਂ ਪੁੱਤਾਂ ਵਾਲੀ ਹੋ ਗਈਆਂ ਬਸ ਇੱਕੋ ਇੱਕ ਦੁੱਖ ਹੈ ਮੈਨੂੰ ਤੂੰ ਮੈਥੋਂ ਕਿਉਂ ਖੋ ਗਈ ਮਾਂ ਸਹੁਰੇ ਘਰ ਮੈਂ ਬਹੁਤ ਸੁਖੀ ਹਾਂ ਪੁੱਤਾਂ ਵਾਲੀ ਹੋ ਗਈਆਂ ਬਸ ਇੱਕੋ ਇੱਕ ਦੁੱਖ ਹੈ ਮੈਨੂੰ ਤੂੰ ਮੈਥੋਂ ਕਿਉਂ ਖੋ ਗਈ ਵਾਂ ਪੇਕੇ ਕਰ ਸੀ ਚੰਗਾ ਲੱਗਦਾ ਤੇਰੀਆਂ ਮੱਝੀਆਂ ਗਾਵਾਂ ਨਾਲ ਮਾਂ ਮੈਂ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਮਾਂ ਮੈਂ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਮਾਂ ਮੈਂ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ